हाँ जी हाँ, आस हुई हुई है वीरे। आ बच्चा मगर बच्चा किस तरह ना मान बच्चा पूरा ही टॉप दा वीरे, देख सकदे हो। किन्ने के दिनां दा होगा बच्चा? पूरी फुल क्वालिटी दा, फुल क्वालिटी दा वीरे। पर जो बाई ने मुल करया सी ना वीरे, पर उदो खड़े नहीं सी आपां, तां ऐ मन्निया वी आपां लैके ही हिलणा इहनां नूं, भज्जे नहीं हैगे। बाईआं ने वीडियो बनाई आ, बाई कहिंदे भज्जणगे, मां नहीं भज्जदे, आपणे जचियां होईआं नेगीआं। अच्छा, ते भज्जण वालीआं चीजां नहीं सी बाई जी, वी लैके ही हटणियां, लैके ही हटणियां ने वीरे। ठीक है दोस्तों, प्यार भरी सत श्री अकाल, स्वागत है तुहाडा अपने चैनल फेसबुक ते यूट्यूब चैनल दे उत्ते। इस समय धनौला खड़ेंगे दोस्तों, बुधवार को मंडी लगती है बकरियां दी, बकरे बकरियां मेमणे जो कुछ भी हैगा, भेडू भेडां बेचण दे लई तुसीं इत्थे आ सकदे हो। बाई आए ने अपने कोल बहुत सोहणियां घेंट बकरियां लैके आए ने। बाई चरना भी खड़ा गा। बई पिंड किहड़ा गा तुहाडा? पिंडरां भी। पिंडरां, नाम की है बई तेरा? नाम दा भी हरप्रीत आ। सोच के जे बोलिया पता नहीं मैं इधर बने आ। अच्छा सारे पक्षां दी बकरियां ने जिहड़ियां ओह हैगियां ने पूरियां। चरने मैं झूठ तां नहीं कहा? नहीं कहा वीरे, ਜੇ ਆਪਾਂ ਵੀ ਤਾਂ ਹੀ ਲਈਆਂ ਸੀ ਵੀਰੇ, ਜੇ ਜੱਚੀਆਂ ਸੀ ਆਪਣੇ ਮਨ ਨੂੰ। ਕਿੰਨੀਆਂ ਸੀ ਇਹ? ਕਿਵੇਂ? ਚਾਰ ਹੀ ਬੱਕਰੀਆਂ ਸੀ ਵੀਰੇ, ਇੱਕ ਬੱਚਾ ਇੱਕ ਪਾਠੂ, ਇਹਨਾਂ 'ਚ ਸੂਈ ਹੋਈ ਹੈਗੀ। ਤੁਹਾਨੂੰ ਨਾਲ ਦੀ ਨਾਲ ਕੱਲੀ ਕੱਲੀ ਚੀਜ਼ ਦੀ ਕੁਆਲਿਟੀ ਦਿਖਾ ਦਿੰਦੇ। ਬਿਲਕੁਲ ਜੀ ਬਾਈ ਜੀ, ਦੇਖੋ ਤੁਸੀਂ ਆ ਪਰਖੋ, ਕਿਸੇ ਦਾ ਥਾਣਾ ਆਇਆ ਤਾਂ ਨਹੀਂਗਾ ਵੀ ਵੱਡਾ? ਬਿਲਕੁਲ ਵੀ ਨਹੀਂ ਹੈਗਾ ਵੀਰੇ, ਅਗਲਾ ਤਸੱਲੀ ਕਰ ਸਕਦਾ। ਹਾਂ ਜੀ ਹਾਂ ਬਾਈ ਜੀ, ਠੀਕ ਹੈ। ਹਾਂ ਜੀ, ਕਿਵੇਂ ਹੈਗੀ ਇਹ ਬੱਕਰੀ? ਦੰਦਾਂ ਦੀ ਕਿਵੇਂ ਹੈਗੀ ਇਹ ਵੀਰੇ? ਤੀਜੇ ਸੂਏ ਨੇ ਬੱਕਰੀਆਂ ਹੁਣ। ਆ ਪੱਠ ਵੀਰੇ ਭਲੂਣ ਸੂਈ ਹੋਈ ਇਹਨਾਂ ਵਿੱਚੋਂ ਪੂਰੀ। ਗੱਬਣ ਹੈਗੀ ਆ? ਹਾਂ ਗੱਬਣਾ ਹੋਈਆਂ ਹੋਈਆਂ ਨੇ ਵੀਰੇ, ਡੇਢ ਡੇਢ ਦੋ ਦੋ ਮਹੀਨਿਆਂ ਦੀਆਂ ਬੱਕਰੀਆਂ। ਕਿੰਨੀ ਸੋਹਣੀ ਚੀਜ਼ ਹੈਗੀ ਯਾਰ, ਕੱਦ ਕਾਠ ਦੀ ਇੱਕੋ ਜਿਹੀਆਂ ਨੇ, ਕੱਦ ਕਾਠ ਫੁੱਲ ਆ ਵੀਰੇ, ਦੇਖ ਸਕਦੇ ਹੋ ਕਿਸੇ ਕੋਈ ਭਾਰੀ ਹਲਕੀ। ਹਾਂ ਜੀ ਹਾਂ, ਥੋੜੀ ਬਹੁਤੀ ਆ ਤਾਂ ਐ ਲੱਗਦਾ। ਹਾਂ ਜੀ ਹਾਂ, ਇਹਨਾਂ ਦੀ ਬਾਈ ਖਰੀਦੀਆਂ ਦੀ ਵੀ ਵੀਡੀਓ ਬਣੀ ਹੋਈ ਆ ਆਪਣੇ ਬਾਈਆਂ ਕੋਲੇ, ਇੱਥੋਂ ਹੀ ਲਈਆਂ ਜੀ ਬਾਈ ਜੀ ਆਪਾਂ ਨੇ ਬੱਕਰੀਆਂ। ਹਾਂ ਜੀ ਹਾਂ ਬਾਈ, ਇਹਦੀ ਵੀਡੀਓ ਵੀ ਬਣੀ ਹੈ। ਹਾਂ ਜੀ ਹਾਂ, ਵਿੱਚ ਵੀ ਸੌਦਾ ਕਿੰਨੇ ਕੁ ਤੱਕ ਦਾ। ਹਾਂ ਜੀ ਹਾਂ, ਠੀਕ ਹੈ। ਆ ਦੇਖੋ ਚੀਜ਼ ਹੈ ਜਿਹੜੀ ਬਹੁਤ ਸੋਹਣੀ। ਹੁਣ ਇਹ ਗੱਬਣਾ ਜਾਂ ਇਹਦਾ ਬੱਚਾ? ਇਹ ਗੱਬਣਾ ਹੋਈਆਂ ਹੋਈਆਂ ਨੇ ਵੀਰੇ, ਆਹ ਪੱਟ ਸੂਈ ਹੋਈ ਆ ਪਹਿਲੇ ਸੂਏ। ਗਾਰੰਟੀ ਵੀ ਹੈਗੀ ਆ? ਗਾਰੰਟੀ ਫੁੱਲ ਦਵਾਂਗੇ ਬਾਈ, ਠੀਕ ਹੈ। ਬਾਕੀ ਅਜੇ ਵੀਰੇ ਵੇਚਣ ਦੀ ਝਾਕ ਨਹੀਂ ਹੈਗੀ, ਠੀਕ ਆ ਜੀ। ਹਲੇ ਤਿਆਰ ਹੋਣਗੀਆਂ? ਅਜੇ ਤਿਆਰ ਹੋਣਗੀਆਂ ਵੀਰੇ, ਫੇਰ ਦੇਖਾਂਗੇ, ਠੀਕ ਆ ਜੀ। ਠੀਕ ਹੈ। ਹਾਂ ਜੀ ਹਾਂ, ਆ ਸੂਈ ਹੋਈ ਆ ਵੀਰੇ, ਆ ਬੱਚਾ ਮਗਰ। ਬੱਚਾ ਕਿਸ ਤਰ੍ਹਾਂ ਦਾ ਮੰਨ? ਬੱਚਾ ਪੂਰਾ ਹੀ ਟੌਪ ਦਾ ਵੀਰੇ, ਦੇਖ ਸਕਦੇ ਹੋ। ਕਿੰਨੇ ਕੁ ਦਿਨਾਂ ਦਾ ਹੋਊਗਾ ਬੱਚਾ? ਪੂਰੀ ਫੁੱਲ ਕੁਆਲਿਟੀ ਦਾ? ਫੁੱਲ ਕੁਆਲਿਟੀ ਦਾ ਵੀਰੇ। ਪਰ ਜਦੋਂ ਬਾਈ ਨੇ ਮੁੱਲ ਕਰਿਆ ਸੀ ਨਾ ਵੀਰੇ, ਪਰ ਉਦੋਂ ਖੜੇ ਨਹੀਂ ਸੀ ਆਪਾਂ, ਤਾਂ ਐ ਮੰਨਿਆ ਵੀ ਆਪਾਂ ਲੈ ਕੇ ਹੀ ਹਿੱਲਣਾ ਇਹਨਾਂ ਨੂੰ, ਭੱਜੇ ਨਹੀਂ ਹੈਗੇ। ਬਾਈਆਂ ਨੇ ਵੀਡੀਓ ਬਣਾਈ ਆ, ਬਾਈ ਕਹਿੰਦੇ ਭੱਜਣਗੇ, ਮਾਂ ਨਹੀਂ ਭੱਜਦੇ, ਆਪਣੇ ਜੱਜੀਆਂ ਹੋਈਆਂ ਨੇਗੀਆਂ। ਅੱਛਾ, ਤੇ ਭੱਜਣ ਵਾਲੀਆਂ ਚੀਜ਼ਾਂ ਨਹੀਂ ਸੀ ਬਾਈ ਜੀ, ਵੀ ਲੈ ਕੇ ਹਟ ਲੈ ਕੇ ਹਟਣੀਆਂ ਨੇ ਵੀਰੇ, ਠੀਕ ਹੈ। ਸੂਈਆਂ ਦੀਆਂ ਕਿਵੇਂ ਨਹੀਂ? ਸੂਈਆਂ ਦੀਆਂ ਤਾਂ ਨਵੀਆਂ ਵੀਰੇ, ਪੱਠ ਪਹਿਲੇ ਸੂਈ ਸੂਈ ਹੈ। ਨਹੀਂ ਬਿਲਕੁਲ ਨਹੀਂ ਬਾਈ ਜੀ, ਸਾਰੀਆਂ ਨਵੀਆਂ ਨੇ, ਦੇਖ ਸਕਦੇ ਹੋਗੇ। ਆ ਦੇਖੋ ਜੀ, ਠੀਕ ਹੈ। ਹਾਂ ਜੀ ਹਾਂ ਵੀਰੇ, ਇਹ ਤਾਂ 6 ਦੰਦ ਆ ਗਏ। 6 ਦੰਦ ਵੀਰੇ, ਆ ਅੱਗੇ ਲਈ ਵੀ ਇਹ ਪਹਿਲੇ ਸੂਏ। ਆ ਬੱਕਰੀ ਗੱਬਣਾ ਵੀਰੇ, 3.5 ਮਹੀਨਿਆਂ ਦੀ ਆ ਵੱਡੀ। ਇਹ ਪਹਿਲਾਂ ਸੂ ਚੁੱਕੀ ਹੈ? ਇਹ ਸੂਆ ਸੂਈ ਹੋਈ ਆ ਵੀਰੇ, ਆ ਦੇਖ ਸਕਦੇ ਹੋ ਬਾਈ। ਮੰਡੀ ਦੇ ਵਿੱਚ ਪੂਰੀਆਂ ਵੱਡੀਆਂ? ਬਿਲਕੁਲ ਬਾਈ ਜੀ, ਆ ਦੇ ਜਵਾਨਾਂ ਨੇ ਬਾਈ ਨੇ ਖਰੀਦੀਆਂ ਸੀਗੀਆਂ। ਹਾਂਜੀ ਹਾਂ, ਮੰਡੀ ਕਿਵੇਂ ਰਹਿੰਦੀ ਹੈ ਆਪਣੇ? ਮੰਡੀ ਬਹੁਤ ਵਧੀਆ ਰਹਿੰਦੀ ਆ ਵੀਰੇ, ਇਹਨਾਂ ਬੱਕਰੀਆਂ ਦਾ ਬਾਈ ਆਪਣਾ ਦਿਲ ਹੀ ਆ ਗਿਆ ਸੀ, ਅੱਜ ਮਾਂ ਚਾ ਲਈ ਲੈਂਦੇ ਆ ਵੀਰੇ, ਘਰੇ ਛੱਡ ਦਾਂਗੇ ਬੱਕਰੀਆਂ ਵੱਡੀਆਂ ਚ, ਠੀਕ ਹੈ। ਹਾਂਜੀ ਹਾਂ ਬਾਈ ਜੀ, ਕਾਰਨ ਕੀ ਬਣਿਆ ਵੀ ਇਹ ਇੰਨੀਆਂ ਮਹਿੰਗੀਆਂ ਚੱਕ ਲੀਆਂ? ਚਲੋ ਵੀਰੇ, ਜਦੋਂ ਆਪਾਂ ਇਹ ਚੀਜ਼ ਜੱਚ ਗਈ ਨਾ, ਮੰਨ ਲਓ ਹੁਣ ਨੇਕਾਂ ਹੀ ਆਪਾਂ ਲੈਂਦੇ ਆ, ਨੇਕਾਂ ਹੀ ਵੇਚਦੇ ਆ ਡੇਲੀ ਬੱਕਰੀਆਂ, ਇਹ ਵੀ ਕੋਈ ਵੱਡੀ ਗੱਲ ਨਹੀਂ ਹੈਗੀ ਵੀਰੇ। ਪਰ ਇਹਨਾਂ ਦਾ ਕਾਰਨ ਇਹ ਸੀ ਵੀ ਜਦੋਂ ਆਪਾਂ ਇਹਨਾਂ ਦੇ 5-7 ਹਜ਼ਾਰ ਰੁਪਏ 10 ਹਜ਼ਾਰ ਮਹਿੰਗੀਆਂ ਸਸਤੀਆਂ ਦੇਖੀ ਹੀ ਨਹੀਂ ਵੀਰੇ, ਠੀਕ ਹੈ। ਹਾਂਜੀ ਹਾਂ, ਉਹ ਚੀਜ਼ ਨਹੀਂ ਦੇਖੀ, ਉਹ ਚੀਜ਼ ਨਹੀਂ ਦੇਖੀ ਵੀਰੇ। ਅੱਜ ਨਾ ਕਿੰਨੇ ਵਿੱਚ ਇੱਥੇ? ਅੱਜ ਨਾਗ ਵੇਚਦੇ ਵੀਰੇ 12-13 ਆਪਾਂ ਨੇ, ਠੀਕ ਹੈ। ਖਰੀਦੇ ਖਰੀਦੇ ਬਸ ਆ ਚਾਰ ਹੀ ਖਰੀਦੇ, ਚਾਰ ਹੀ ਖਰੀਦੇ ਨੇ, ਪਰ ਹੈਗਾ ਚਾਰਾਂ ਦੇ ਵਿੱਚ ਵੀ ਚਾਰ ਹੀ ਤੋਹਫੇ ਨੇ, ਤੋਹਫੇ ਨੇ ਲੱਗੀ ਸਿਰਾ ਗੱਲਬਾਤ। ਹਾਂ ਵੀਰੇ, ਇਹ ਬਾਕੀ ਤੁਸੀਂ ਦੇਖ ਸਕਦੇ ਹੋ, ਬੱਕਰੀਆਂ ਵੱਡੀਆਂ ਨੇ ਵੀਰੇ, ਸਾਰੀਆਂ ਵੱਡੀਆਂ ਨੇ, ਵੱਡੇ ਭਾਅ ਚ ਆਈਆਂ ਹੋਈਆਂ। ਬਿਲਕੁਲ ਜੀ ਬਾਈ ਜੀ, ਤੁਹਾਨੂੰ ਮੁੱਲ ਹੀ ਦੱਸ ਦਿੰਦੇ ਨੇ ਭਾਈ, 1-15 ਦੀਆਂ ਆਈਆਂ। ਹਾਂ ਜੀ, 1-15 ਦੀਆਂ ਵੀਰੇ ਲਈਆਂ, 1-18 ਬਾਈ ਮੁੱਲ ਕਰਿਆ ਸੀ ਬਾਈ ਨੇ। ਅੱਛਾ, 1-18 ਚੋਂ ਬਸ ਮਸਾਂ ਹੀ ਤੋੜ ਤੜਾ ਕੇ 3,000 ਰੁਪਇਆ ਮਸਾਂ ਹੀ ਲੈਸ ਕਰਾਇਆਗਾ, ਠੀਕ ਹੈ। ਹਾਂ ਜੀ ਹਾਂ, ਬਾਈ ਸਦੀਕ ਨੇ ਸੌਦਾ ਕਰਾਇਆ, ਛੋਟ ਵੀ ਨਹੀਂ ਹੋਈ, ਛੋਟ ਵੀਰੇ 500 ਰੁਪਇਆ ਕਰੀ ਆ ਬਾਈਆਂ ਨੇ, ਠੀਕ ਹੈ। ਹਾਂ ਜੀ ਹਾਂ, ਛੋਟ ਕਰਕੇ ਗਏ ਨੇ ਬਾਈ, 1,15,000 ਜਦੋਂ ਗਿਣਿਆ ਬਾਈਆਂ ਨੂੰ, ਤਾਂ ਛੋਟ ਜ਼ਰੂਰ ਕਰੀ ਆ ਬਾਈ ਉਹਨਾਂ ਨੇ, ਠੀਕ ਹੈ। ਹਾਂ ਜੀ ਹਾਂ, ਉਦਾਂ ਤਾਂ ਚਰਨੇ ਤੁਸੀਂ ਲੈਣੇ ਹੀ ਰਹਿਣੇ ਹੋਗੇ। ਹਾਂ ਜੀ, ਉਹ ਤਾਂ ਚਲੋ ਆਮ 1,00,000 ਦੀਆਂ ਵੀ ਕਿੰਨੀਆਂ ਕਾ ਜਾਂਦੀਆਂ ਨੇ ਉਦਾਂ, 1,00,000 ਦੀਆਂ ਤਾਂ ਬਾਈ ਜੀ ਇਹ ਨਹੀਂ ਪਤਾ, ਬਾ 6-7 ਬੱਕਰੀਆਂ ਲੈ ਲਈਏ, ਠੀਕ ਹੈ, ਵੇਚਦੇ ਵੀ ਆ ਬਾਈ ਭਾਅ ਨਾਲ ਦਿੰਦੇ ਆ ਅਗਲੇ ਨੂੰ, ਠੀਕ ਹੈ ਜੀ ਗੱਲ। ਹਾਂ ਜੀ ਹਾਂ, ਜੇ ਹੁਣ ਬਾਈ ਜੀ ਇਹੋ ਜਿਹੀਆਂ ਬੱਕਰੀਆਂ ਖਰੀਦ ਕੇ ਸਾਨੂੰ ਕਵੇ ਕੋਈ 15-20 ਹਜ਼ਾਰ ਦੀ ਬੱਕਰੀ ਦੇ ਦਿਓ, ਇਹ ਤਾਂ ਨਹੀਂ ਬਾਈ ਜੀ ਮਿਲਦੀਆਂ ਹੈਗੀਆਂ, ਠੀਕ ਹੈ ਜੀ। ਇਹਨਾਂ ਦਾ ਆਪਾਂ ਵੀ ਦਿਲ ਕੱਢ ਕੇ ਰੁਪਈਏ ਲਾਏ ਨੇ ਬਾਈ। ਹਾਂ ਜੀ ਹਾਂ, ਜੇ ਫਾਰਮ 'ਚ ਰੱਖਣੀਆਂ ਹੋਣ, ਹਾਂਜੀ ਹਾਂ, ਕਿਸ ਤਰ੍ਹਾਂ ਦੀ ਚੀਜ਼ ਵੀਰੇ? ਪਿਓਰ ਨੇ ਬਿਲਕੁਲ, ਕਿਉਂ ਜੀ ਇਹ ਨੇ ਬੱਕਰੀਆਂ, ਅਗਲਾ ਕਹਿੰਦਾ ਬੀਟਲ ਬੱਕਰੀ, ਹਰੇਕ ਹੀ ਖੜ ਕੇ ਕਹਿੰਦਾ ਬੀਟਲ ਬੱਕਰੀ ਆ ਜੀ, ਇਹ ਨੇ ਬਾਈ ਅਸਲੀ ਬੀਟਲ, ਦੇਖ ਸਕਦੇ ਹੋ। ਹੁਣ ਦੁੱਧ ਵੀ ਦਿੰਦੀਆਂ ਨੇ? ਇਹ ਦੁੱਧ ਦਿੰਦੀਆਂ ਨੇ ਵੀਰੇ, ਥੋੜਾ ਥੋੜਾ ਹਜੇ। ਅੱਛਾ, ਹਾਂਜੀ ਹਾਂ, ਥੋੜਾ ਥੋੜੀ ਦਿੰਦੀਆਂ। ਹਾਂਜੀ ਹਾਂ ਵੀਰੇ,
ਗੱਬਣਾ ਹੈਗੀਆਂ ਨੇ ਨਾ ਗੱਬਣਾ ਤਿੰਨੇ ਗਾਰੰਟੀ ਨਾਲ ਨੇ ਵੀਰੇ ਹਾਂਜੀ ਇੱਕ ਤਾਜੀ ਸੂਈ ਹੈ ਵੀਰੇ ਆ ਬੱਚਾ ਉਹਦੇ ਥੱਲੇ ਪੂਰੀ ਦੁਬਾਰੇ ਦੇਖ ਲਓ ਹਾਂਜੀ ਹਾਂ ਵੀਰੇ ਕੁਆਲਿਟੀ ਨਹੀਂ ਤੁਹਾਨੂੰ ਕੁਆਲਿਟੀ ਫੁੱਲ ਆ ਵੀਰੇ ਹਾਂਜੀ ਹਾਂ ਫੁੱਲ ਕੁਆਲਿਟੀ ਦੀਆਂ ਬੱਕਰੀਆਂ ਸੀ ਬਿਲਕੁਲ ਬਾਈ ਜੀ ਤਾਂ ਹੀ ਭਈ ਅਗਲਾ ਰੁਪਈਏ ਨਹੀਂ ਘਟਿਆ ਹਾਂਜੀ ਹਾਂ ਵੀਰੇ ਘਟਣੇ ਨਹੀਂ ਚੀਜ਼ਾਂ ਘਟਣ ਵਾਲੀਆਂ ਨਹੀਂ ਸੀ ਹੈਗੀਆਂ ਵੀਰੇ ਹਾਂਜੀ ਜੇ ਚਰਨਾ ਮੁੱਲ ਕਰੂਗਾ ਤਾਂ ਚਰਨਾ ਵੀ ਨਹੀਂ ਘਟਣਾ ਬਿਲਕੁਲ ਜੀ ਬਿਲਕੁਲ ਬਾਈ ਜੀ ਠੀਕ ਹੈ ਨਾ ਉਹਨੇ ਬਾਈ ਨੇ ਕੰਮ ਹੀ ਮੇਰੇ ਵਾਲਾ ਕਰਿਆ 18 ਮੰਗ ਕੇ ਵੀਰੇ ਬਾ 3000 ਮਸਾਂ ਹੀ ਘਟਿਆਗਾ 15 ਮਿੰਟਾਂ ਦੀ ਮੈਨੂੰ ਲੱਗਦਾ ਇਹਨਾਂ ਦੀ ਵੀਡੀਓ ਬਣੀ ਹੋਈ ਆ ਬਾਈ ਜੀ ਸਹੀ ਗੱਲ ਹਾਂਜੀ ਹਾਂ ਬਹੁਤ ਬਹੁਤ ਧੰਨਵਾਦ ਬਾਈ ਚਰਨੇ ਹਾਂਜੀ ਤੁਹਾਡਾ ਵੀ ਬਾਈ ਬਹੁਤ ਬਹੁਤ ਧੰਨਵਾਦ ਆ ਜਿਹੜਾ ਇੱਕ ਕਵਰ ਕਰਕੇ ਸਾਨੂੰ ਦੁਨੀਆ ਤੱਕ ਪਹੁੰਚਾਉਂਦੇ ਹੋ ਬਾਈ ਬਹੁਤ ਪਿਆਰ ਦਿੰਦੇ ਨੇ ਭੈਣ ਭਾਈ ਵੀਰੇ ਦੇਸਾਂ ਪਦੇਸਾਂ ਦੇ ਵਿੱਚ ਬੈਠੇ ਨੇ ਬਹੁਤ ਜ਼ਿਆਦਾ ਪਿਆਰ ਦਿੰਦੇ ਨੇ ਪਰ ਆਪਾਂ ਉਹਨਾਂ ਨੂੰ ਵੀ ਸਾਡੇ ਕਿਨਿਓ ਬਾਈ ਸਤਿ ਸ੍ਰੀ ਅਕਾਲ ਆ ਬਾਕੀ ਬਾਈ ਚੈਨਲ ਵਾਲੇ ਨੇ ਜਿਹੜੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਈ ਅਸੀਂ ਵੀ ਜਿਹੜੀ ਇੱਕ ਨਵਾਣੇ ਜੇ ਬੰਦਿਆਂ ਨੂੰ ਬਾਈ ਕੱਢ ਕੇ ਸਾਨੂੰ ਛੋਟੇ ਜੇ ਲੈਵਲ ਤੋਂ ਕਿੱਥੇ ਤੱਕ ਪਹੁੰਚਾਇਆ ਬਾਈ ਜਿਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਰ ਬਾਈ ਤਰਸੇਮ ਹੋ ਗਿਆ ਜਿਵੇਂ ਬਾਈ ਕੁੰਡ ਦਾ ਸਾਡਾ ਇਹ ਬਾਈ ਹੋਈ ਹੈਗਾ ਠੀਕ ਹੈ ਜੀ ਸਾਡੇ ਸਾਹਮਣੇ ਹੀ ਖੜਿਆ ਬਰੋਬਰ ਖੜਿਆ ਹੈਗਾ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀਰੇ ਜਿੰਨਾ ਵੀ ਆਪਾਂ ਕਹਿ ਸਕਦੇ ਹਾਂ ਬਾਈ ਨਹੀਂ ਸਾਨੂੰ ਕੋਈ ਨਹੀਂ ਸੀ ਜਾਣਦਾ ਹੈਗਾ ਅੱਜ ਅਸੀਂ ਚਾਹੇ ਗੱਲਾਂ ਲੱਖ ਮਾਰੀ ਜਾਂਦੇ ਹਾਂ ਬਾਈ ਚਾਹੇ ਮੰਡੀਆਂ 'ਤੇ ਆਈਏ ਜਿੱਥੇ ਮਰਜ਼ੀ ਜਾਈਏ ਪਰ ਨਾਮ ਚਲਾਤਾ ਬਾਈ ਜੀ ਇਹਨਾਂ ਨੇ ਮਹਿੰਗੀ ਬੱਕਰੀਆਂ ਸੀ ਬਾਈ ਕਿਸੇ ਫਾਰਮ ਵਾਲੇ ਨੂੰ ਦਿੰਦੇ ਹੀ ਨਹੀਂ ਗੇ ਕਿਉਂਕਿ ਮਹਿੰਗੀ ਬੱਕਰੀ ਦੇ ਕੇ ਬਾਈ ਫਾਰਮ ਕਾਮਯਾਬ ਹੀ ਨਹੀਂ ਹੋਇਆ ਕੋਈ ਇਹ ਤਾਂ ਚਲੋ ਇੱਕ ਅੱਧੀ ਹੁੰਦੀ ਆ ਸ਼ੌਂਕ ਨਾਲ ਲੈ ਲਈ ਆਪਾਂ ਨੇ 20-50 ਹਜ਼ਾਰ ਰੁਪਇਆ ਬੱਕਰੀ ਦੇ ਵੀਰੇ ਲਾਤਾ ਠੀਕ ਆ ਜੀ ਨਵੇਂ ਬੰਦੇ ਨੂੰ ਤਾਂ ਵੀਰੇ ਹੋਲੇ ਪਾ ਦੇ ਮਾਲ 15 ਤੋਂ ਲੈ ਕੇ 20,000 25,000 ਤੱਕ ਬੱਕਰੀ ਵਾਰਾ ਜਿਹੜੀਆਂ ਆਪਾਂ ਆਉਲੀਆਂ ਲੈਣੇ 15-14 ਲੈਣੇ ਜਿਹੜਾ ਤੂੰ ਵੇਚਦਾ ਹੁੰਦਾ ਬਾਈ ਹਾਂਜੀ ਉਹ ਆਮ ਹੀ ਵੀਰੇ ਆਪਣੀ ਬੱਕਰੀ ਚਲੋ ਆਪਾਂ ਨੂੰ ਰੋਟੀ ਬਣਦੀ ਆਪਾਂ ਤਾਂ ਹੀ ਦਿੰਨੇ ਆ ਵੀਰੇ ਉਹਨਾਂ ਨੂੰ ਚੋਹੀਆਂ ਜੀ ਤਿਆਰ ਹੋ ਜਾਣਗੀਆਂ ਸਮਾਂ ਹੋ ਜਾਂਦੀਆਂ ਨੇ ਵੀਰੇ ਸਮਾਂ ਪਾ ਕੇ ਦੱਸਾਂ ਚੱਕਰ ਕੀ ਹੁੰਦਾ ਵੀਰੇ ਬੱਕਰੀ ਜਾਂ ਭੋਰਾ ਮਾੜੀ ਲੈ ਲਓ ਬੱਕਰਾ ਨਹੀਂ ਵੀਰੇ ਮਾੜਾ ਹੋਣਾ ਚਾਹੀਦਾ ਹੈਗਾ ਹਾਂਜੀ ਹਾਂ ਬਾਈ ਫਿਰ ਅਸੀਂ ਤਿਆਰ ਹੋ ਜਾਣਗੀਆਂ ਵੀਰੇ ਤਿਆਰ ਹੁੰਦੀਆਂ ਨੇ ਠੀਕ ਆ ਜੀ 1-2 ਪੀੜੀਆਂ 'ਚ ਬਦਲ ਜਾਂਦੀ ਆ ਬਾਈ ਜੀ ਬੱਕਰੀ ਕੀ ਬਾਤ ਹਾਂਜੀ ਹਾਂ ਚੰਗਾ ਵੀਰੇ ਚੰਗਾ ਜੀ ਬਾਈ ਜੀ ਧੰਨਵਾਦ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ